वाहेगुरु जी का खालसा, वाहेगुरु जी की फतेह। वाहेगुरु जी, अज असीं आए हाँ फाजिलका जिले विच पिंड चढ़ाई तो जो हड़ पीड़ित लई राशन लैके हर पुरब हड़ा नाल प्रभावित लोग देखो जी कितना पानी चल रहा। वाहेगुरु कितना तेज पानी, वाहेगुरु देखो चारों पासे पानी ही पानी। वाहेगुरु इन्ना तेज पानी, वाहेगुरु अगे दर्शन करवाने वाहेगुरु इन्ना पानी। आयो भाई आजो, आधार कार्ड है पिंड दे, तुसीं छेती जाओ, छेती जाओ, ट्राली लैन लगी भी छेती ना आउदा पिंड दे आ कोई भाई अगे होर होर बंदे भी हैगे। हां जी होर भी है, उधर आ चली फिर उधर रास्ता हैगा जान दा, रास्ता हैगा जान दा, तुसीं छेती जाओ आधार कार्ड दिखा दियो, इत्थे जूर रखे समाल दी डिग पैंदे ने गच्चा में, आधार कार्ड दिखा दियो सारी आजो बई, हेलो आजो यार। वाहेगुरु पानी बहुत तेज आके देखो पानी किवें पार हो रहा। वाहेगुरु इतने नैट की प्रॉब्लम है, ये लाइव चलाया था पर लाइव चल नहीं रहा, फिर असं ये वीडियो पोस्ट कर देंगे, तो सारी संगत देखो जरूर। बहुत तेज है सड़क के आर पार कि हो रहा, इन्ना तेज पानी कितों आया इन्ना पानी। वाहेगुरु पानी भी पानी नजर आता चारे पास, भी अं जा सकते पर पानी बहुत तेज है, तो इधर राशन मंडी जा रहे हैं सारे जो पिंड चढ़ाई तो सारे सेवादार आए हैं जी, राशन इकट्ठा करके लियाए है, तो सारे जिन्ना जिन्होंने भी लोड़ है वो सारे ना लाइन बना के खड़े है जी, राशन ले रहे हैं, तो पिंड की संगत तो राशन वंड रही है दिखाने। हाँ जी राशन मिल गया, चलो वधिया ठीक है, केड़ा ही पिंड है थोड़ा, ठीक है, काफी पानी है इतने। हाँ जी अच्छा जी,
ਇੱਕ ਬਾਬਾ ਜੀ ਹੋਰ ਗੁਜ਼ਾਰ ਛੱਡ ਗਏ ਹੈਗਾ ਆਪਣਾ ਗੱਟੀ ਨੰਬਰ 3 ਪਿੰਡ। ਅੱਛਾ ਜੀ। ਉਧਰ ਰਾਸ਼ਨ ਦੀ ਸੁਵਿਧਾ ਬਹੁਤ ਘੱਟ ਜਾ ਰਹੀ ਹੈ। ਉਹ ਫਿਰ ਰਸਤਾ ਇਹੀ ਹੈ? ਹਾਂ ਇਹੀ। ਜਾਂ ਰਸਤਾ ਹੋਰ ਵੀ ਹੈਗਾ? ਨਹੀਂ ਇਹੀ ਰਸਤਾ ਹੈ। ਅੱਗੇ ਸੜਕ ਟੁੱਟੀ 2.5 ਕਿਲੋਮੀਟਰ ਘਟੋ ਘਟ ਪਿੰਡ ਉਹਨਾਂ ਦੇ ਦੂਰ। ਅੱਛਾ ਜੀ। ਤੇ ਲੋਕ ਆਪਣੇ ਘਰਾਂ ਦੇ ਉੱਪਰ ਛੱਤਾਂ ਤੇ ਬੈਠੇ ਨੇ। ਅੱਛਾ ਜੀ। ਤੇ ਪਸ਼ੂਆਂ ਦਾ ਕੋਈ ਚਾਰਾ ਨਹੀਂ, ਇਸ ਤਰ੍ਹਾਂ ਪਾਣੀ ਪਾਣੀ ਹੈ ਜੀ। ਅੱਛਾ ਜੀ। ਰੋੜ ਗਈਆਂ ਤੇ ਇਹ ਨਹੀਂ ਮੈਨੂੰ ਪਤਾ ਕਿਉਂ, ਮੈਂ ਤਾਂ ਅੱਜ ਆਇਆ 15-16 ਦਿਨਾਂ ਬਾਅਦ, ਉਹ ਵੀ ਸ਼ਹਿਰ ਫਾਇਲ ਦਾ ਕੋਈ ਕੰਮ ਸੀ ਮੈਨੂੰ ਜ਼ਰੂਰੀ। ਅੱਛਾ ਅੱਛਾ। ਤੇ ਮੈਂ ਵਰਨਾ ਆਏ ਨਹੀਂ। ਠੀਕ ਹੈ। ਉਹ ਵੀ ਅੱਜ ਪੈਦਲ ਰਿਸਕ ਲੈ ਬੈਠਾ ਸੀ ਤੇ ਹੁਣ ਟਰਾਲੀ ਤੇ ਜਾਣ ਦੀ। ਠੀਕ ਹੈ। ਬਹੁਤ ਔਖਾ ਹੋ ਜਾਂਦਾ ਹੈ। ਇੱਕੋ ਲਾਸਟ ਪਿੰਡ ਹੈ। ਠੀਕ ਹੈ ਜੀ। ਜਿੱਧਰ ਬਹੁਤ ਰਾਸ਼ਨ ਘੱਟ। ਜਿਹੜੇ ਬੰਦੇ ਹੁਣ ਉੱਥੇ ਹੀ ਫਸੇ ਹੋਏ ਆ, ਫਿਰ ਉਹਨਾਂ ਨੂੰ ਰਾਸ਼ਨ ਕਿਵੇਂ ਪਹੁੰਚਦਾ ਜੀ? ਪਹਿਲਾਂ ਤਾਂ 2-4 ਬੇੜੀਆਂ ਸੀਗੀਆਂ। ਅੱਛਾ ਜੀ। ਉਹ ਪਹੁੰਚਾਉਂਦੀਆਂ ਰਹੀਆਂ ਨੇ। ਹਾਂਜੀ। ਡੇਲੀ ਜਾ ਰਹੀਆਂ ਸੀ। ਅੱਜ ਹੋ ਗਿਆ 3 ਦਿਨ ਬੇੜੀ ਨਾ ਛੱਡਣ ਜਾ ਰਹੀ ਹੈ ਅਤੇ ਨਾ ਲੈਣ ਜਾ ਰਹੀ ਕਿਸੇ ਨੂੰ। ਅੱਛਾ ਜੀ। ਉਹਨਾਂ ਦਾ ਫਿਰ ਔਖਾ ਹੈ? ਬਿਲਕੁਲ ਔਖਾ ਜੀ। ਪਤਾ ਉੱਥੇ ਵੀ ਹੱਲ ਚਾਹੀਦਾ। ਹੁਣ ਉੱਧਰ ਜਾ ਸਕਦੇ ਹਾਂ? ਹਾਂ ਜਾ ਸਕਦੇ ਹਾਂ। ਬਾਕੀ ਵੀਰ ਨੇ ਜਾਣਕਾਰੀ ਦਿੱਤੀ ਹੈ, ਅੱਗੇ 2.5 ਕਿਲੋਮੀਟਰ ਅੱਗੇ ਪਿੰਡ ਆ, ਉੱਥੇ ਰਾਸ਼ਨ ਜਮ੍ਹਾਂ ਨਹੀਂ ਪਹੁੰਚ ਰਿਹਾ। ਉੱਥੇ ਕੋਸ਼ਿਸ਼ ਕਰਾਂਗੇ ਕਿ ਰਾਸ਼ਨ ਬਚਿਆ ਜਾਵੇ, ਨਹੀਂ ਤਾਂ ਫਿਰ ਰਾਸ਼ਨ ਲੈ ਕੇ ਆਵਾਂਗੇ ਇਸੇ ਸਥਾਨ 'ਤੇ। ਦੇਖੋ ਸਾਨੂੰ ਪਿੰਡ ਤਾਂ 10 ਆ ਪਿੰਡ ਅੱਗੇ ਟੋਏ ਪੈ ਹੋਏ ਆ, ਜਾ ਨਹੀਂ ਹੋਣਾ। ਇਹ ਤਾਂ ਇੱਥੋਂ ਵਾਲੇ ਬੰਦੇ ਨਹੀਂ ਜਾ ਸਕਦੇ। ਉਹਨਾਂ ਦਾ ਹੱਲ ਕਿਵੇਂ ਹੋਊਗਾ ਜੀ? ਰਾਸ਼ਨ ਵੰਡਦੇ ਹੋਏ ਸੇਵਾਦਾਰ ਵੀਰ ਸਾਰੀ ਸੰਗਤ ਸਾਰੇ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਹੋਏ ਆ। ਹਾਂਜੀ, ਕੀ ਚਾਹੀਦਾ ਤੁਹਾਨੂੰ? ਮਿਲ ਗਿਆ ਰਾਸ਼ਨ? ਮਿਲ ਗਿਆ ਯਾਰ। ਅਸੀਂ ਕਿਹਾ ਵੀ ਅਸੀਂ ਸਾਰਿਆਂ ਵਾਸਤੇ ਇਕੱਠੀ ਲੈ ਕੇ ਜਾਣਾ ਲੰਗਰ। ਅੱਛਾ ਜੀ। ਉਹ ਗਏ ਇੱਥੇ ਵੰਡੀ ਤੁਰੇ ਜਾਂਦੇ ਨੇ, ਜਿਹੜੇ ਜਿੱਥੋਂ ਦੇ ਮਰਜ਼ੀ ਕੋਈ ਹੋਵੇ। ਅਸੀਂ ਅਸੀਂ ਲਿਸਟ ਦੇ ਵਾਸਤੇ ਲੈਣਾ, ਅਸੀਂ ਉੱਥੇ ਗੁਰਦੁਆਰੇ ਵਾਸਤੇ ਲੰਗਰ ਲਾਉਂਗੇ ਨਾ, ਉੱਥੇ ਪਿੰਡ ਵਾਲੇ ਸਾਰਿਆਂ ਵਾਸਤੇ। ਅੱਛਾ ਜੀ। ਹਾਂਜੀ ਮਿਲ ਗਿਆ।
ਹਾਂ ਪਾਣੀ ਵੀ ਵਰਤਾਈ ਚੱਲ ਪਾਣੀ ਵਰਤਾਈ ਚੱਲ ਨਾਲ ਹੀ ਓਏ ਪਾਣੀ ਆ ਲੈ ਇੱਧਰ ਹੀ ਉੱਤੇ ਉੱਤਰਨੇ ਉੱਤਰ ਦੂ ਮਾਰਾ ਤੂੰ ਅਗਰ ਪੰਜੀ ਨੰਬਰ ਲੈ ਕੇ ਆਈ ਆ ਤੂੰ ਫਿਰ ਮੜ ਬਣਾ ਜਾਣੀ ਬੱਚਨ ਕਾਹਦਾ ਲੈ ਕੇ ਆਈ ਆ ਤੂੰ ਲੈ ਗਈ ਆ ਉੱਧਰ ਲੈਣ ਚ ਲੱਗੋ ਜੀ ਲੈਣ ਚ ਜਿੰਦਾ ਅੱਛਾ ਮੇਰਾ ਮੋੜੇ ਨੂੰ ਫੋਨ ਲਾ ਲੈ सारे पानी डूबे हुए हैं कि पानी चढ़ा है ਵਾਹਿਗੁਰੂ ਜੀ ਅਸੀਂ ਇਹ ਲਾਈਵ ਵੀਡੀਓ ਬਣਾ ਰਹੇ ਹਾਂ ਰਾਸ਼ੀਆਂ ਵੰਡਦੇ ਹੋਏ ਪਰ ਕਿਤੇ ਇੰਟਰਨੈਟ ਨਹੀਂ ਚੱਲ ਰਿਹਾ ਤਾਂ ਅਸੀਂ ਇਹ ਵੀਡੀਓ ਸੇਵ ਕਰਕੇ ਅਸੀਂ ਅਪਲੋਡ ਕਰਾਂਗੇ ਅਤੇ ਤੁਸੀਂ ਸਭ ਸੰਗਤ ਦੇਖ ਸਕਦੇ ਹਾਂ ਇਸ ਵੀਡੀਓ ਨੂੰ ਸਾਰੇ ਹਰ ਪ੍ਰਭਾਵਿਤ ਖੇਤਰ ਵਿੱਚ ਜੋ ਸਭ ਰਾਸ਼ਨ ਲੈ ਰਹੇ ਹਨ ਕੱਪੜੇ ਵੀ ਵੰਡ ਰਹੇ ਹਨ ਉਹਨਾਂ ਨੂੰ ਸਭ ਸਭ ਰਾਸ਼ਨ ਪਾਣੀ ਦਿੱਤਾ ਜਾਂਦਾ ਹੈ ਸਾਰੇ ਰਾਸ਼ਨ ਲੈ ਰਹੇ ਹਨ ਅਤੇ ਅਸੀਂ ਆਏ ਜੀ ਫਾਜ਼ਿਲਕਾ ਏਰੀਆ ਵਿੱਚ ਆਏ ਹਾਂ ਅਸੀਂ ਇਹ ਵੀਡੀਓ ਬੰਦ ਕਰ ਲੱਗੇ ਹਾਂ ਇਹ ਵੀਡੀਓ ਅਪਲੋਡ ਕੀਤੀ ਜਾਵੇਗੀ ਤੁਸੀਂ ਸਭ ਇਸ ਵੀਡੀਓ ਨੂੰ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।